राजा है बैठा, कहूँ सिमटे सिमटे पाओ शंकर इकैठा, सगरी सृष्ट दिखाए अचंभव, आद जुगाद अरूप स्युभम ठीक है, ओके, ऑल ऑल कहूँ फूल राजा वह बैठा, कहूँ सिमट पयो शंकर इकट्ठा, सगरी सिष्ट दिखाई उचंभव, आद जुगाद स्वरूप स्वयंभव। अब रक्षा मेरी तुम करो, सिखे उबार असिख्य संगरो, दुष्ट जिते ऊठवत उत्पाता, सकल मलेज करो रणकाता। जे असितुज तव सरनी परे, तिनके दुष्ट दखित है मरे, दखत है मरे, पुरख जवन पग परे तुहारे, तिनके तुम संकट सब तारे। कहूँ फूल राजा वह बैठा, कहूँ सिमट प्यो शंकर इकेटा, तगरी श्रेष्ठ दिखाए अचंभव, आज जुगाद स्वरूप स्यंभव। अब रक्षा मेरी तुम करो, सख्य उबार असिख्य संगरो, दुष्ट जिते उठवत उत्पाता, सकलम लेश करो रण काता। जे अस तुझ तव सरनी परे, तिनके दुष्ट दुखित हवे मरे, पूरख जवन पक परे तिहारी, तिनके तुम संकट सब तारे। कहो फूल राजा है बैठा, कहो सिमट पयो शंकर इकट्ठा, सगरी सिमरट दिखाई अचंभव, आद जुगाद स्वरूप स्वयंभव। अब रक्षा मेरी तुम सिख्य उबार असिख्य संगरो, चौसत जितै अठवत उत्पाता, सकल मलेच्छ करो रख काता। हाँ जी इतना बेटा, कहो फूल राजा वह बैठा, को सिमत पयो शंकर केठा, सगरी श्रेष्ठ दिखाए अचंभव, आज जुगात स्वरूप स्वयंभव। अब रक्षा मेरी तुम करो, सिख्या उबार असिख्या संगरो, दुष्ट जिते उत्वत उत्पाता, सकल मलेच करो रणकाता। जे अस्तुज त्व सरनी परे, तिनके दुष्ट दुख त्व मरे, पूरख जवन पग परे तुहारे, तिनके तुम सकट सब तारे। कहूँ फूल राजा हुए बैठा, कहूँ सिमट पयो शंकर इकैठा, सगरी सृष्ट दिखाए अचंभव, आद जुगाद स्वरूप स्वयंभव। अब रक्षा मेरी तुम करो, सिख्य उबार सिख्य संगरो, दुष्ट जिते उठवत उत्पाता, सकल मलेश रो लनकाता। जे असि तुझ त्व सरनी परे, तिनके दुष्ट दुखत हवै मरे, पुरख जवन पग परै तुहारे, तिनके तुम संकट सब टारे, जो कल को एक बार दिया है। बेटा जी इस तरह है कि ये जड़ा पाठ है ना, ये बहुत सौखा, बहुत ज़्यादा सिख संगत
ਇਸ ਪਾਠ ਨੂੰ ਕਰਦੀ ਹੈ ਡੇਲੀ। ਹੋਪਸੋ ਕਿ ਤੁਸੀਂ ਵੀ ਸ਼ਾਇਦ ਕਰਦੇ ਹੋਵੋਗੇ, ਆਈ ਡੋਂਟ ਨੋ ਕਿ ਕੌਣ ਕੌਣ ਕਰਦਾ ਕੌਣ ਕੌਣ ਨਹੀਂ ਕਰਦਾ, ਪਰ ਕਰਨਾ ਚਾਹੀਦਾ, ਠੀਕ ਹੈ ਨਾ। ਗੁਰੂ ਗੋਬਿੰਦ ਸਿੰਘ ਸੱਚ ਪਾਤਸ਼ਾਹ ਜੀ ਨੇ 405 ਚਰਿੱਤਰ ਲਿਖੇ ਨੇ, ਉਹਦੇ ਐਂਡ ਦੇ ਵਿੱਚ ਜਿਹੜਾ ਉਹਦਾ ਮੋਰਲ ਹੈ ਨਾ, ਉਹਨੂੰ ਕਹਿੰਦੇ ਨੇ ਚੌਪਈ, ਠੀਕ ਹੈ। ਚੌਪਈ ਸਾਹਿਬ ਦਾ ਪਾਠ ਬਹੁਤ ਸਾਰੇ ਜਣੇ ਆਪਾਂ ਕਰਦੇ ਵੀ ਹਾਂ, ਪਰ ਖਾਸ ਕਰਕੇ ਤੁਸੀਂ, ਅਤੇ ਕੋਸ਼ਿਸ਼ ਇਹ ਕਰਨੀ ਹੈ ਅੱਜ ਤੋਂ ਬਾਅਦ 'ਚੋਂ ਕਿ ਤੁਸੀਂ ਪਾਠ ਯੂਟਿਊਬ ਦੇ ਉੱਤੇ ਮਾਸਟਰ ਦਰਸ਼ਨ ਸਿੰਘ ਜੀ ਦਾ ਨਾਮ ਲਿਖੋਗੇ ਜਾਂ ਮੇਰਾ ਨਾਮ ਲਿਖੋਗੇ ਸ਼ਾਮ ਸਿੰਘ, ਅਤੇ ਨਾਲ ਚੌਪਈ ਸਾਹਿਬ ਪਾਠ ਲਿਖੋਗੇ, ਉਹ ਪਾਠ ਆ ਜਾਏਗਾ, ਠੀਕ ਹੈ। ਸੇਮ ਟਾਈਮ 'ਤੇ ਤੁਸੀਂ ਪਾਠ ਦੇਖ ਸਕਦੇ ਹੋ, ਸੁਣ ਸਕਦੇ ਹੋ, ਨਾਲ ਆਡੀਓ ਵੀ ਹੈ, ਠੀਕ ਹੈ ਨਾ। ਉੱਥੋਂ ਸੁਣੋ ਜ਼ਰੂਰ, ਕੋਈ ਵੀ ਕੰਮ ਕਰਨਾ ਨਾ ਤੁਸੀਂ ਪਹਿਲਾਂ ਉਹਨੂੰ ਸਿੱਖੋ, ਠੀਕ ਹੈ ਨਾ। ਪਰਫੋਰਮ ਕਰਨਾ ਬਹੁਤ ਚੰਗੀ ਗੱਲ ਹੈ, ਪ੍ਰੈਜੈਂਟੇਸ਼ਨ ਦੇਣੀ ਚੰਗੀ ਗੱਲ ਹੈ, ਪਰ ਉਹਦੀ ਤਿਆਰੀ ਪਹਿਲਾਂ ਬਹੁਤ ਹੱਦ ਤੱਕ ਇਹ ਕੋਸ਼ਿਸ਼ ਚਾਹੀਦੀ ਹੈ ਕਿ ਤੁਹਾਡੀ ਜਦੋਂ ਤੱਕ 100% ਤੁਹਾਡੇ ਵੱਲੋਂ ਤਿਆਰੀ ਨਾ ਹੋ ਜੇ, ਤੁਸੀਂ ਪਰਫੋਰਮ ਨਾ ਕਰੋ। ਜੇ ਤਿਆਰੀ 100% ਨਹੀਂ ਹੁੰਦੀ, ਕਿਉਂਕਿ ਇਹ ਮੰਨਿਆ ਜਾਂਦਾ ਕਿ ਜਿਹੜੀ 100% ਤੁਸੀਂ ਆਪਣੇ ਵੱਲੋਂ ਕਰਕੇ ਜਾਣੀ ਹੈ ਨਾ, ਉਹ ਸਟੇਜ ਦੇ ਉੱਤੇ 40% ਹੀ ਆਉਂਦੀ ਹੈ, 60% ਨਹੀਂ ਆਉਂਦੀ, ਸਮਝਦੇ ਹੋ। ਇਸ ਕਰਕੇ ਤੁਹਾਨੂੰ ਆਪਣਾ ਬੈਸਟ ਦੇਣ ਦੇ ਲਈ ਪਹਿਲਾਂ ਪ੍ਰੈਕਟਿਸ ਕਰਨੀ ਬਹੁਤ ਜ਼ਰੂਰੀ ਹੈ। ਪ੍ਰੈਕਟਿਸ ਅੰਡਰ ਐਨੀਵਨ ਤੁਹਾਨੂੰ ਮਤਲਬ ਸਿੱਖ ਕੇ ਕਰਨੀ ਚਾਹੀਦੀ ਹੈ। ਸੋ ਗੁਰਬਾਣੀ ਦਾ ਵਿਸ਼ਾ ਬਹੁਤ ਬਰੀਕੀਆਂ ਨੇ ਜਿਹੜੀਆਂ ਕਿ ਤੁਹਾਨੂੰ ਸਿੱਖੇ ਤੋਂ ਬਗੈਰ ਨਹੀਂ ਆਉਣੀਆਂ। ਫੋਰ ਐਗਜ਼ਾਮਪਲ, ਤੁਸੀਂ ਕੋਈ ਵੀ ਸਟੱਡੀ ਕਰਦੇ ਹੋ, ਸਾਰੇ ਜਣੇ ਤੁਸੀਂ ਪੜ੍ਹਦੇ ਹੋਵੋਗੇ, ਕੋਈ ਕਾਲਜ 'ਚ ਪੜ੍ਹਦਾ, ਕੋਈ ਯੂਨੀਵਰਸਿਟੀ 'ਚ, ਕੋਈ ਸਕੂਲ 'ਚ, ਹੈ ਨਾ, ਕੋਈ ਮਾਤਾ ਪਿਤਾ ਕੋਲੋਂ ਹੀ ਸਿੱਖਦਾ, ਪਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਤੁਹਾਨੂੰ ਸਿੱਖ ਕੇ ਹੀ ਆਉਣਗੀਆਂ। ਖਾਸ ਕਰਕੇ ਗੁਰਬਾਣੀ ਹੈ, ਇਹਦੇ ਵਿੱਚ ਅਰਬੀ ਦੇ, ਫਾਰਸੀ ਦੇ ਸ਼ਬਦ ਨੇ ਜਿਨ੍ਹਾਂ ਨੂੰ ਗੁਰਮੁਖੀ ਦੇ ਵਿੱਚ ਸੱਚ ਪਾਤਸ਼ਾਹ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੋਇਆ, ਚੌਪਈ ਸਾਹਿਬ ਗੁਰੂ ਗੋਬਿੰਦ ਸਿੰਘ ਸੱਚ ਪਾਤਸ਼ਾਹ ਜੀ ਨੇ ਲਿਖਿਆ ਹੋਇਆ ਪਾਠ। ਹੁਣ ਮੈਂ ਤੁਹਾਨੂੰ ਇਹਦੇ ਵਿੱਚੋਂ, ਇਹ ਆਪਾਂ 3 ਛੰਦ ਸਿਰਫ ਸੁਣੇ ਸੀਗੇ ਚੌਪਈ ਦੇ ਵਿੱਚੋਂ, ਸਿਰਫ 3 ਛੰਦ, ਉਹਦੇ ਵਿੱਚੋਂ ਬਹੁਤ ਜ਼ਿਆਦਾ ਮਿਸਟੇਕਸ ਸਾਰਿਆਂ ਨੇ ਕੀਤੀਆਂ ਨੇ, ਹੈ ਨਾ। ਕੁਝ ਕੁ ਬੱਚੇ ਨੇ ਜਿਨ੍ਹਾਂ ਨੇ ਬਹੁਤ ਘੱਟ ਮਿਸਟੇਕਸ ਕੀਤੀਆਂ ਨੇ, ਮੈਂ ਤੁਹਾਨੂੰ ਹੁਣ ਦੱਸ ਦਿੰਦਾ ਕਿ ਕਿਹੜੀਆਂ ਕਿਹੜੀਆਂ ਮਿਸਟੇਕਸ ਕੀਤੀਆਂ ਨੇ ਕੋਮਨ, ਠੀਕ ਹੈ। ਪਾਠ ਹੈਗਾ ਕਹੂੰ ਫੂਲ ਰਾਜਾ ਹੋਇ ਬੈਠਾ। ਹੁਣ ਇਹਦੇ ਵਿੱਚ ਹੋਇ ਪਾਠ ਕਰਨਾ, ਕਿਉਂਕਿ ਅੱਧਾ ਵਾਵਾ ਹੈ ਪੈਰ ਦੇ ਥੱਲੇ, ਹਾਹੇ ਦੇ ਪੈਰੀ ਅੱਧਾ ਵਾਵਾ ਹੈ। ਦੂਸਰੀ ਗੱਲ, ਉੱਤੇ ਦੁਲਾਵਾਂ ਨੇ। ਜੇ ਤੁਸੀਂ ਹਵੇ ਜਾਂ ਹੋਇ ਨਹੀਂ ਬੋਲਦੇ, ਜੇ ਹਵੇ ਬੋਲਦੇ ਹੋ ਉਹ ਗਲਤ ਹੋ ਗਿਆ, ਇੱਕ ਲਾਂ ਲੱਗ ਗਈ ਅਤੇ ਵਾਵਾ ਵੀ ਪੂਰਾ ਲੱਗ ਗਿਆ। ਉਹ ਪੈਰੀਂ ਵਾਵਾ ਬੁਲਾਉਣ ਦੇ ਲਈ ਤੁਹਾਨੂੰ ਤੇਜ਼ ਬੋਲਣਾ ਪਏਗਾ। ਕਈਆਂ ਨੇ ਹੈਵ ਬੋਲਿਆ, ਕਈਆਂ ਨੇ ਹੈਵ ਬੋਲਿਆ, ਮਤਲਬ ਉਹ ਹਾਹੇ ਨੂੰ ਦਲਾਵਾਂ ਲੱਗ ਗਈਆਂ, ਹਾਹੇ ਨੂੰ ਨਹੀਂ ਦਲਾਵਾਂ ਲੱਗਦੀਆਂ। ਆਮ ਤੌਰ 'ਤੇ ਤੁਸੀਂ ਸੁਣਦੇ ਜਿਹੜਾ ਪੈਰੀਂ ਪੈ ਜਾਂਦਾ ਉਹਨੂੰ ਸਾਰਾ ਕੁਝ ਮਿਲ ਜਾਂਦਾ, ਹਾਹੇ ਦੇ ਪੈਰੀਂ ਕੌਣ ਹੈ? ਵਾਵਾ। ਸੋ ਉਹਦੀਆਂ ਜਿਹੜੀਆਂ ਮਾਤਰਾਵਾਂ ਨੇ ਉਹਨੂੰ ਮਿਲਣਗੀਆਂ, ਜਿਹੜਾ ਪੈਰੀਂ ਪੈ ਗਿਆ ਉਹਨੂੰ ਸਾਰਾ ਕੁਝ ਮਿਲ ਜਾਂਦਾ ਨਾ, ਵੈਸੇ ਵੀ ਆਪਾਂ ਦੇਖਦੇ ਹਾਂ ਨਾ, ਸਮਝਦੇ ਹੋ ਗੱਲ ਨੂੰ। ਇਸ ਕਰਕੇ ਵਾਵਾ ਪੈਰੀ ਹੈ, ਵਾਵੇ ਨੂੰ ਦਲਾਵਾਂ ਬੋਲਣਗੀਆਂ। ਜਿਹੜਾ ਅੱਖਰ ਪੈਰੀ ਹੁੰਦਾ, ਮੇਨ ਅੱਖਰ ਨੂੰ ਲੱਗੀ ਹੋਈ ਮਾਤਰਾ ਉਸ ਅੱਖਰ ਨੂੰ ਬੋਲਦੀ ਹੈ, ਠੀਕ ਹੈ। ਹੋਇ ਬੈਠਾ, ਉਹਨੂੰ ਥੋੜ੍ਹੀ ਜਿਹੀ ਸਪੀਡ 'ਚ ਬੋਲਾਂਗੇ, ਤੇਜ਼ ਬੋਲਾਂਗੇ। ਕਹੂੰ ਫੂਲ, ਇੱਥੇ ਸਿਹਾਰੀ ਵੀ ਲਾਉਣੀ ਸੀ, ਠੀਕ ਹੈ। ਖੈਰ ਇਹ ਬਰੀਕੀ ਦਾ ਕੰਮ ਹੈ, ਮੇਨ ਹੋਇ ਦੀ ਗੱਲ ਹੈ, ਠੀਕ ਹੈ। ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸ਼ੰਕਰ ਇਕੱਠਾ। ਹੁਣ ਇੱਥੇ ਕਈ ਜਣਿਆਂ ਨੇ ਭੱਬਾ
ਯਯੇ ਪੂਰੇ ਨੂੰ ਹੋੜਾ ਜਿੱਥੇ ਲਿਖਿਆ ਇਹ ਮੈਂ ਤੁਹਾਨੂੰ ਦੱਸ ਦਿੰਦਾ ਦਸਮ ਦੇ ਵਿੱਚ ਵੈਸੇ ਤਾਂ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪਰ ਮੋਸਟਲੀ ਜਿਹੜਾ ਖਾਸ ਕਰਕੇ ਯਯਾ ਪੂਰਾ ਦਸਮ ਦੇ ਵਿੱਚ ਆਉਂਦਾ ਨਾ ਉਹ ਈੜੀ ਨੂੰ ਸਿਹਾਰੀ ਬਣਦਾ ਮਤਲਬ ਜੇ ਆਪਾਂ ਇਹਨੂੰ ਲਿਖਾਂਗੇ ਨਾ ਅੱਖਰਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਉਚਾਰਨ ਕਰਦੇ ਹਾਂ ਉਹ ਭੱਬਾ ਈੜੀ ਨੂੰ ਸਿਹਾਰੀ ਊੜੇ ਨੂੰ ਹੋੜਾ ਬਣੇਗਾ ਜੇ ਇੱਥੇ ਹੋੜਾ ਲੱਗਾ ਯਯੇ ਨੂੰ ਹੋੜਾ ਲੱਗਾ ਤਾਂ ਉਹ ਊੜੇ ਨੂੰ ਹੋੜਾ ਬੋਲਦਾ ਸੋ ਇੱਥੇ ਭੱਬਾ ਈੜੀ ਨੂੰ ਸਿਹਾਰੀ ਊੜੇ ਨੂੰ ਹੋੜਾ ਬੋਲਣਾ ਠੀਕ ਹੈ ਨਾ ਇਹਨੂੰ ਭਯੋ ਕਈ ਜਣਿਆਂ ਨੇ ਬੋਲਿਆ ਸੀਗਾ ਇਸ ਤਰ੍ਹਾਂ ਨਹੀਂ ਬੋਲਣਾ ਇਹਨੂੰ ਪਾਠ ਕਰਾਂਗੇ ਭਯੋ ਕਹੂੰ ਸਿਮਟ ਭਯੋ ਸੰਕਰ ਇਕੱਠਾ ਠੀਕ ਹੈ ਸਗਰੀ ਕਈ ਜਣਿਆਂ ਨੇ ਸਗਲੀ ਬੋਲਿਆ ਸੀ ਠੀਕ ਹੈ ਨਾ ਲੱਲਾ ਬੋਲਿਆ ਸੀ ਪਰ ਉੱਥੇ ਲੱਲਾ ਲਿਖਿਆ ਹੀ ਨਹੀਂ ਉੱਥੇ ਰਾਰਾ ਪਾਠ ਹੈ ਠੀਕ ਹੈ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਜਦੋਂ ਘੱਗਾ ਭੱਬਾ ਝੱਜਾ ਧੱਦਾ ਅਤੇ ਢੱਡਾ ਇਹ ਪੰਜ ਅੱਖਰ ਹੁੰਦੇ ਨੇ ਪੰਜਾਬੀ ਬੋਲੀ ਦੇ ਵਿੱਚ ਗੁਰਮੁਖੀ ਦੇ ਵਿੱਚ ਇਹ ਜਦੋਂ ਪਹਿਲੇ ਨੰਬਰ 'ਤੇ ਆਉਣ ਅਤੇ ਆਪਾਂ ਆਪਣੀ ਆਵਾਜ਼ 'ਚ ਇਹਨਾਂ ਨੂੰ ਬੁਲਾਉਂਦੇ ਇਹਨਾਂ ਦੀ ਆਪਣੀ ਆਵਾਜ਼ 'ਚ ਮੰਨ ਲਓ ਮੈਂ ਸਭ ਤੋਂ ਸਿੰਪਲ ਦੱਸਦਾ ਆਪਾਂ ਕਹਿੰਦੇ ਜੀਭ ਭੱਬਾ ਮਗਰ ਆਉਂਦਾ ਹੈ ਨਾ ਆਪਾਂ ਨੂੰ ਜੀਭ ਭ ਤਾਂ ਨਹੀਂ ਬੋਲਦੇ ਸਮਝ ਰਹੇ ਨਾ ਮੇਰੀ ਗੱਲ ਨੂੰ ਇਹਨੂੰ ਆਪਾਂ ਸਵਯੰ ਭਵ ਨਹੀਂ ਬੋਲਾਂਗੇ ਸਵਯੰ ਭਵ ਅਚੰਭ ਭਾਵ ਭਾਵ ਨਹੀਂ ਬੋਲਾਂਗੇ ਅਚੰਭ ਭਵ ਭ ਬੋਲੇਗਾ ਸਮਝ ਗਏ ਮੇਰੀ ਗੱਲ ਨੂੰ ਮਤਲਬ ਇਹ ਘੱਗਾ ਭੱਬਾ ਝੱਜਾ ਅਤੇ ਧੱਦਾ ਠੀਕ ਹੈ ਨਾ ਢੱਡਾ ਇਹ ਪੰਜ ਅੱਖਰ ਹੁੰਦੇ ਨੇ ਇਹ ਜਦੋਂ ਪਹਿਲੇ ਨੰਬਰ 'ਤੇ ਆਉਂਦੇ ਨੇ ਇਹ ਆਪਣੀ ਆਵਾਜ਼ 'ਚ ਬੋਲਦੇ ਜਦੋਂ ਦੂਜੇ ਤੀਜੇ ਚੌਥੇ ਪੰਜਵੇਂ ਨੰਬਰ 'ਤੇ ਆਉਣ ਫਿਰ ਇਹ ਆਪਣੀ ਆਵਾਜ਼ 'ਚ ਨਹੀਂ ਬੋਲਦੇ ਅਰਥ ਮੁਤਾਬਕ